ਬੁਲਾ ਲੈਂਦੇ ਹਾਂ ਪੂਰੇ ਦੋਵਾਂ ਬੰਦੇ ਛੋ ਸ਼ਹਿਰ ਦੇ ਅੰਡੇ 100 ਬੰਦੇ ਨੂੰ ਉੱਥੇ ਪਾ ਦਿਓ ਦੰਦ ਟਰੱਕ ਲਿਆਂਦਾ, ਟਰੱਕ ਲਿਆ ਕੇ ਲਾ ਕੇ ਰੁਮਾਲੇ ਸਾਰੇ ਪਲਟ ਦਿੱਤੇ ਆ, ਉਹ ਸਾਰੇ ਪੈਰਾਂ ਥੱਲੇ ਆਏ ਆ। ਅਸੀਂ ਇਹਨਾਂ ਨੂੰ ਕਹਿੰਦੇ ਰਹੇ ਹਾਂ ਕਿ ਵੀ ਇਹ ਕੀ ਕੀਤਾ, ਰੁਮਾਲੇ ਪੈਰਾਂ ਥੱਲੇ ਆ ਰਹੇ, ਸਾਰੇ ਬੇਅਦਬੀ ਨਾ ਕਰੋ, ਜਨਤਾ ਵੀ ਖਰਾਬ ਹੋ ਕੇ ਇਹਨਾਂ ਨੂੰ ਪੈ ਗਈ। ਉਹਦੇ ਵਿੱਚ ਇਹਨਾਂ ਡਰਾਈਵਰ ਨੇ ਸਾਨੂੰ ਗਾਲਾਂ ਕੱਢੀਆਂ, ਕੈਮਰੇ ਲੱਗੇ ਨੇ, ਵੇਖੋ ਕਿਰਪਾਨਾ ਸਾਡੇ ਕੋਲ ਕੀ ਕੰਮ ਹੈ।
ਕੁਰਬਾਨਾ ਅਸੀਂ ਕਿਉਂ, ਅਸੀਂ ਦੁਕਾਨਦਾਰ ਹਾਂ, ਅਸੀਂ ਸਿਆਣੀ ਉਮਰ ਦੇ ਪ੍ਰਧਾਨ ਵੀ, ਅਸੀਂ ਕਿਉਂ ਕੁਰਬਾਨਾ ਕੱਢਾਂਗੇ? ਕਿਹੜੀ ਜਗ੍ਹਾ ਹੈ ਜਿੱਥੇ ਇੱਦਾਂ? ਇਹ ਕੇਸਰੀ ਬਾਗ ਮਾਰਕੀਟ। ਕੀ ਹੋਇਆ ਜੋ ਮਤਲਬ ਹੋਰ ਮਤਲਬ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ, ਕੀ ਕਹਿਣਾ ਚਾਹੁੰਦੇ? ਮਹਾਰਾਜ ਜੀ, ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ 40-50 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਇੱਥੇ, ਹੁਣ ਸਾਡੇ ਕੋਲ ਕੰਮ ਨਹੀਂ ਹੁੰਦੇ, ਸਾਨੂੰ ਅਸੀਂ ਰੋਟੀ ਖਾਣ ਦੀ ਇਜਾਜ਼ਤ ਦਿੱਤੀ ਆ, ਵੀ ਰੋਟੀ ਖਾਣ ਦੇ ਕੋਈ ਦੋ ਨੰਬਰ ਦਾ ਤਾਂ ਕੰਮ ਹੀ ਨਹੀਂ ਕਰ ਰਹੇ, ਰੋਟੀ ਖਾ ਰਹੇ। ਕੀ ਤੁਸੀਂ ਇਹਨਾਂ ਨੂੰ ਪੈਸੇ ਦਿੰਦੇ ਸੀ? ਪੈਸੇ ਦਿੰਦੇ ਹਾਂ, ਹੁਣੇ ਪੈਸੇ ਮੰਗਦਾ ਪਿਆ ਅਰੁਣ ਕੁਮਾਰ ਜਿਹੜਾ। ਪੈਸੇ ਦਿੰਦੇ ਕੀ? ਪੈਸੇ ਦੇਖੋ, ਜਿੰਨੇ ਵੀ ਇਕੱਠੇ ਹੁੰਦੇ ਮਾਰਜ ਦਿੰਦੇ ਹਾਂ, ਇਹ ਹੁਣ ਪੈਸੇ ਬੰਦ ਕਰਤੇ ਨੇ ਮੈਂ, ਕਿਉਂ ਕਿ ਅਸੀਂ ਕਦੇ ਪੈਸੇ ਦਈਏ ਕਿ ਇੰਨੇ ਇੰਨੇ ਪੈਸੇ ਕਿੱਥੋਂ ਭਰੇ ਜਾਣ? ਉਹ ਪੈਸੇ ਮੰਗਦਾ ਪਿਆ ਰਿਕਟ ਕਰਦਾ ਮੇਰੇ ਤੇ, ਕੰਮਕਾਰ ਅੱਗੇ ਨਹੀਂ ਹੈਗਾ। ਉਹ ਕਹਿੰਦਾ ਮਹੀਨਾ ਭਰੋ, ਮਹੀਨਾ ਨਹੀਂ ਭਰਦੇ, ਇਹ ਰੋਜ਼ ਗੱਡੀ ਲੈ ਕੇ ਇੱਥੇ ਆ ਰਿਹਾ ਅਰੁਣ ਕੁਮਾਰ। ਨੁਕਸਾਨ ਕਿੰਨਾ ਕੁ ਕੀਤਾ ਗਿਆ ਸੀ? ਨੁਕਸਾਨ ਜੀ, ਸਾਰਿਆਂ ਦਾ ਨੁਕਸਾਨ ਹੋਇਆ, ਸਾਰੇ ਦੁਕਾਨਦਾਰਾਂ ਦਾ ਨੁਕਸਾਨ ਹੋਇਆ। ਜਿਹੜਾ ਹੋਇਆ ਸੋ ਹੋਇਆ ਵਾ, ਜਿਹੜੇ ਪੈਰਾਂ ਦੇ ਵਿੱਚ ਰਮਾਲੇ ਰਹੇ ਰਮਾਲੇ ਉੱਤੇ ਗਏ, ਵੱਡੀ ਗੱਲ ਹੈ, ਵੱਡੀ ਗੱਲ ਨਹੀਂ ਹੈਗੀ। ਸਭ ਤੋਂ ਵੱਡੀ ਜਿਹੜੀ ਆ ਰਮਾਲਾਂ ਦੀ, ਇਹ ਨਾਲ ਅਸੀਂ ਕੁਝ ਦੁਕਾਨਦਾਰਾਂ ਨੇ ਕੀਤਾ, ਦੁਕਾਨਦਾਰਾਂ ਨੇ ਕੁਝ ਜੋ ਕੀਤਾ ਪਬਲਿਕ ਨੇ ਕੀਤਾ, ਪਬਲਿਕ ਨੇ ਹਮਦਰਦੀ ਨਾਲ ਕੀਤਾ ਜੋ ਕੁਝ ਕੀਤਾ। ਪਬਲਿਕ ਵੱਲੋਂ ਡਰਾਈਵਰ ਨੂੰ ਕੁੱਟਮਾਰ ਕੀਤੀ? ਕੁੱਟਮਾਰ ਕੋਈ ਨਹੀਂ ਹੋਈ, ਕੋਈ ਕੁੱਟਮਾਰ ਕੋਈ ਨਹੀਂ ਹੋਈ, ਉਹਨੇ ਗਾਲਾਂ ਕੱਢੀਆਂ ਤੇ ਪਬਲਿਕ ਨੇ ਕਿਹਾ ਕਿ ਕੋਈ ਗਾਲਾਂ ਕਿਵੇਂ ਕਰ ਰਿਹਾ ਬਈ, ਤੁਹਾਨੂੰ ਤੇਰਾ ਮਤਲਬ ਵੀ ਇੰਸਪੈਕਟਰ ਗੱਲ ਕਰੇ, ਗੱਲ ਵੀ ਠੀਕ ਹੈ, ਇੰਸਪੈਕਟਰ ਗੱਲ ਕਰੇ, ਡਰਾਈਵਰ ਗੱਡੀ ਚਲਾਉਂਦਾ, ਡਰਾਈਵਰ ਦਾ ਕੰਮ ਹੈ ਗੱਡੀ ਚਲਾਉਣਾ, ਦਾ ਸਮਾਨ ਚੁੱਕਣ ਦਾ ਮਤਲਬ ਕੋਈ ਨਹੀਂ ਹੈਗਾ, ਠੀਕ ਹੈ। ਗੱਲ ਕੱਢਣ ਦਾ ਮਤਲਬ ਕੋਈ ਨਹੀਂ। ਆਜੋ ਭਾਜੀ ਸਾਹਮਣੇ। ਹਾਂਜੀ, ਕੀ ਨਾਮ ਜੀ? ਬਲਜਿੰਦਰ ਸਿੰਘ ਵੀਰੇ। ਭਾਜੀ ਜੋ ਮਾਮਲਾ ਹੈ, ਕੀ ਮਾਮਲਾ ਹੋਇਆ? ਵੀਰ ਮਾਮਲਾ ਇਹ ਬੇਅਦਬੀ ਦਾ ਹੀ ਹੋਇਆ ਸਾਡੇ ਵੀਰ ਇੱਥੇ ਨਾ, ਜਿਹੜੇ ਆਉਂਦੇ ਆ ਆਪਣੇ ਨਗਰ ਨਿਗਮ ਵਾਲੇ, ਜਿਹੜੇ ਤੇ ਰਮਾਲਾ ਸਾਹਿਬ, ਪਹਿਲੀ ਗੱਲ ਦੁਕਾਨਦਾਰਾਂ ਦਾ ਵੀ ਥੋੜ੍ਹਾ ਜਿਹਾ ਅਸੂਲ ਬਣਦਾ ਵਾ ਵੀ ਰਮਾਲਾ ਸਾਹਿਬ ਨਾ ਟੰਗਣ। ਜੇ ਰਮਾਲਾ ਸਾਹਿਬ ਉਹਨਾਂ ਟੰਗੇ ਸੀ ਜਾਂ ਰੇਹੜੀ 'ਤੇ ਰੱਖੇ ਸੀ ਉਹਨਾਂ ਨੇ, ਤਾਂ ਜਦੋਂ ਕਮੇਟੀ ਵਾਲੇ ਆਏ ਆ, ਕਮੇਟੀ ਵਾਲਿਆਂ ਨੇ ਆਉਂਦੇ ਆ ਸਾਰੇ ਚੁੱਕ ਕੇ ਰਮਾਲਾ ਸਾਹਿਬ ਥੱਲੇ ਸੁੱਟੇ ਆ, ਜਿਹੜੀ ਉਹਨਾਂ ਦੀ ਗੰਦੀ ਉਹ ਟਰੱਕ ਹੁੰਦਾ, ਟਰੱਕ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਆ। ਸਾਰੇ ਵੀਰ ਇੱਥੋਂ ਦੇ ਜਿੰਨੇ ਵੀਰ ਦੇ ਆਟੋ ਦਾ ਦੂਸਰਾ ਤੀਸਰੇ ਕੰਮ ਕਰਦੇ ਨੇ, ਸਾਰੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ, ਉਹਨਾਂ ਨੇ ਰਮਾਲਾ ਸਾਹਿਬ ਦੀ ਬੇਅਦਬੀ ਹੋਣ ਤੋਂ ਰੋਕੀ ਆ, ਅਤੇ ਅੱਗੋਂ ਕਹਿੰਦੇ ਸਾਡੇ 'ਤੇ ਇਹਨਾਂ ਨੇ ਹੱਥੋਂ ਪਾਈ ਹੋਏ ਨੇ, ਇਹ ਹੋਇਆ ਜੂ ਹੋਇਆ, ਉਹ ਅੱਗੋਂ ਆਪਣਾ ਉਹ ਦੇਖ ਭਾਈ ਕਿਹਾ ਗਿਆ ਵੀ 30-40 ਬੰਦੇ ਸੀ ਤਲਵਾਰ ਵੀਰੇ, ਤੇ 30-40 ਨਹੀਂ ਤੇ 30-40 ਬੰਦੇ ਤਲਵਾਰ ਵਾਲੇ ਤੇ ਕੋਈ ਨਹੀਂ ਹੈਗਾ, ਕੋਈ ਤਲਵਾਰ ਨਹੀਂ ਚੱਲੀ, ਤਲਵਾਰ ਵਾਲਾ ਕੋਈ ਨਹੀਂ ਹੈਗਾ ਇੱਥੇ, ਤਲਵਾਰ ਨਹੀਂ ਚੱਲੀ, ਤਲਵਾਰ ਹੈ ਵੀ ਹੁਣ ਆਏ ਆ ਸਾਡੇ ਹੱਥ ਦੀ, ਕਿਹੜੀਆਂ ਤਲਵਾਰਾਂ ਨੇ ਭਾਈ? ਆਂਦੀ ਆਂਦੀ ਸੰਗਤ ਨੇ ਜਦੋਂ ਵੇਖਿਆ ਨਾ ਰਮਾਲਾ ਸਾਹਿਬ ਦੀ ਬੇਅਦਬੀ ਹੁੰਦੀ ਆ, ਤੇ ਉਹ ਸਾਰੇ ਜਣੇ ਗਾਹ ਹੋ ਗਏ ਆ, ਹੋਰ ਕੋਈ ਗੱਲ ਨਹੀਂ। ਰਮਾਲਾ ਸਾਹਿਬ ਦੀ ਬੇਅਦਬੀ ਵਾਸਤੇ ਸਾਰੇ ਅੱਗੇ ਹੋਏ ਨੇ ਵੀਰੇ, ਕਿਸੇ ਦੇ ਹੱਥ 'ਚ ਕਿਰਪਾਨ ਨਹੀਂ, ਉਹ ਤਾਂ CCTV ਕੈਮਰੇ 'ਚੋਂ ਨਿਕਲ ਜਾਣਾ ਵਾ ਜਿਹਦੇ ਹੱਥ 'ਚ ਕਿਰਪਾਨ ਹੋਊਗੀ, ਪਰ ਹੁਣ ਸਾਡੇ ਸਿੰਘਾਂ ਨੇ ਹੱਥ 'ਚ ਟੱਲੀਆਂ ਤਾਂ ਫੜਨੀਆਂ ਨੇ ਵੀਰੇ, ਪਰ ਹੁਣ ਸਾਡੇ ਕੋਲ ਤਲਵਾਰਾਂ ਨਹੀਂ ਹੈਗੀਆਂ, ਅਸੀਂ ਰੱਖਦੇ ਹੀ ਤਲਵਾਰਾਂ ਵਾ, ਪਰ ਅਸੀਂ ਤਲਵਾਰ ਮਾਰੀ ਤਾਂ ਨਹੀਂ ਕਿਸੇ ਨੂੰ, ਜੇ ਕਿਸੇ ਸਿੰਘ ਦੇ ਹੱਥ 'ਚ ਤਲਵਾਰ ਹੋਊਗੀ ਵੀ ਮਾਰੀ ਨਹੀਂ ਕਿਸੇ ਨੇ। ਕੀ ਮੰਗ ਕਰਦੇ ਹੋ ਵੀਰੇ? ਸਾਨੂੰ ਇਨਸਾਫ ਚਾਹੀਦਾ, ਰਮਾਲਾ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਆ ਸਾਡੀ, ਉਹਦੇ ਉਹਦਾ ਇਨਸਾਫ ਚਾਹੀਦਾ ਸਾਨੂੰ, ਬਸ ਗੱਲ ਕਰ। ਉਹਦੇ ਨਹੀਂ, ਉੱਥੇ ਬਸ ਰੇਹੜੀਆਂ ਲੱਗੀਆਂ ਪਈਆਂ ਸੀ, ਪ੍ਰਸ਼ਾਸਨ ਨੇ ਚੁਕਾਈਆਂ ਨੇ, ਅਤੇ ਉਹਦੇ ਵਿੱਚ ਰੁਮਾਲਾ ਸਾਹਿਬ ਸੀਗੇ, ਉਹ ਦੇਖਦੇ ਨੇ ਹੁਣ ਜੋ ਵੀ ਬਣਦੀ ਕਾਰਵਾਈ ਕਰ ਦਾਂਗੇ, ਲਿਖਤੀ ਦੇਣ ਲੱਗੇ ਆ। ਠੀਕ ਹੈ।